प्रीपेड मीटर सरकार ने चोरी छिपे ला के जी सू प्राइवेट सैक्टर वाल धक्ना चाहती सरकार। अज पिंड के नौजवानों ने बीबिया भैन ने सारे वीर ने कट करके ते ये जड़े मीटर है वो पुट के अज एस डी ओ के दफ्तर जमा करवाए जाएंगे। प्राइवेट सैक्टर का इन मीटर का प्रीपेड मीटर का प्रजोर शब्दों में विरोध करती है। तो पंजाब दे विच किते भी आने वाले समय च भी ये मीटर नहीं लगन दिते जाएंगे। तो सरकार नूं भी असीं चेतावनी दिंदे आ कि जे पिछले दरवाजों आके साडे नाल हेराफेरी करदी आ ते असीं उहदा हर मुहाज ते हर जगह ते जिहड़ा उह सख्त उहदा विरोध किया जाऊगा। ਹਾਂਜੀ ਪ੍ਰਧਾਨ ਜੀ, ਅੱਜ ਇੱਥੇ ਜਿਹੜਾ ਪ੍ਰੀਪੇਡ ਮੀਟਰ ਉਤਾਰੇ ਗਏ ਆ, ਕੀ ਮਾਮਲਾ ਪੂਰਾ? ਅੱਜ ਅਸੀਂ ਪਿੰਡ ਘਸੀਟਪੁਰ ਸਰਦਾਰ ਬਲਜੀਤ ਸਿੰਘ ਹੁਣਾਂ ਨੇ ਜਿਹੜਾ ਇਕੱਠ ਕੀਤਾ ਵਾ ਇੱਥੇ ਐਲੀਮੈਂਟਰੀ ਸਕੂਲ ਅਤੇ ਹਾਈ ਸਕੂਲ ਜਿਹੜਾ ਘਸੀਟਪੁਰਾ ਦੇ ਵਿੱਚ ਜਿਹੜੇ ਪ੍ਰੀਪੇਡ ਮੀਟਰ ਸਰਕਾਰ ਨੇ ਚੋਰੀ ਛਿੱਪੇ ਲਾ ਕੇ ਜਿਹੜੀ ਸਾਨੂੰ ਪ੍ਰਾਈਵੇਟ ਸੈਕਟਰ ਵੱਲ ਧੱਕਣਾ ਚਾਹੁੰਦੀ ਸਰਕਾਰ। ਅੱਜ ਪਿੰਡ ਦੇ ਨੌਜਵਾਨਾਂ ਨੇ ਬੀਬੀਆਂ ਭੈਣਾਂ ਨੇ ਸਾਰਿਆਂ ਵੀਰਾਂ ਨੇ ਇਕੱਠ ਕਰਕੇ ਤੇ ਇਹ ਜਿਹੜੇ ਮੀਟਰ ਆ ਉਹ ਪੁੱਟ ਕੇ ਤੇ ਅੱਜ ਐਸ ਡੀ ਓ ਦੇ ਦਫ਼ਤਰ ਜਮ੍ਹਾਂ ਕਰਵਾਏ ਜਾਣਗੇ, ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਪ੍ਰਾਈਵੇਟ ਸੈਕਟਰ ਦਾ ਇਹਨਾਂ ਮੀਟਰਾਂ ਦਾ ਪ੍ਰੀਪੇਡ ਮੀਟਰਾਂ ਦਾ ਪ੍ਰਜੋਰ ਸ਼ਬਦਾਂ ਵਿੱਚ ਵਿਰੋਧ ਕਰਦੀ ਆ ਤੇ ਪੰਜਾਬ ਦੇ ਵਿੱਚ ਕਿਤੇ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ। ਤੇ ਸਰਕਾਰ ਨੂੰ ਵੀ ਅਸੀਂ ਇਹ ਚੇਤਾਵਨੀ ਦਿੰਦੇ ਹਾਂ ਵੀ ਜੇ ਪਿਛਲੇ ਦਰਵਾਜ਼ਿਓਂ ਆ ਕੇ ਸਾਡੇ ਨਾਲ ਹੇਰਾਫੇਰੀ ਕਰਦੀ ਆ ਤੇ ਅਸੀਂ ਉਹਦਾ ਹਰ ਮੁਹਾਜ ਤੇ ਹਰ ਜਗ੍ਹਾ ਤੇ ਜਿਹੜਾ ਉਹ ਸਖਤ ਉਹਦਾ ਵਿਰੋਧ ਕੀਤਾ ਜਾਊਗਾ। ਪ੍ਰਧਾਨ ਜੀ, ਅੱਜ ਤੁਹਾਡੇ ਵੱਲੋਂ ਇੱਥੇ ਮੀਟਰ ਲਾਏ ਗਏ ਆ ਪਿੰਡ ਘਸੀਟਪੁਰ 'ਚ, ਕੀ ਕਹਿਣਾ ਚਾਹੁੰਦੇ ਆ? ਜਿਹੜੀ ਸਰਕਾਰ ਆ ਉਹ ਜਿਹੜੀ ਬਿਜਲੀ ਆ ਉਹ ਸਾਰੀ ਪ੍ਰਾਈਵੇਟ ਸੈਕਟਰ ਨੂੰ ਦੇ ਕੇ ਅਤੇ ਕਿਸਾਨਾਂ ਮਜ਼ਦੂਰਾਂ 'ਤੇ ਪ੍ਰੀਪੇਡ ਮੀਟਰ ਲਾਉਣਾ ਚਾਹੁੰਦੀ ਆ। ਔਰ ਜੋ ਸਾਡੇ ਨਾਲ ਪਿਛਲੇ ਸਮੇਂ 'ਚ ਇਹਨਾਂ ਨੇ ਵਾਅਦੇ ਕੀਤੇ ਸੀ ਵੀ 600 ਯੂਨਿਟ ਬੱਤੀ ਫਰੀ ਦਿੱਤੀ ਜਾਊਗੀ ਔਰ ਮਜ਼ਦੂਰਾਂ ਨੂੰ ਪਹਿਲਾਂ ਤੋਂ ਫਰੀ ਚੱਲਦੀ ਸੀ, ਉਹ ਸਾਡੇ ਕੋਲ ਬਿਜਲੀ ਖੋਣਾ ਚਾਹੁੰਦੀ ਔਰ ਸਾਡੇ ਦੇ ਪ੍ਰੀਪੇਡ ਮੀਟਰ ਲਾ ਕੇ ਚੇਪ ਵਾਲੇ ਕਾਰਡ ਪਾਉਣਗੇ ਅਤੇ ਜਿਹੜੀ ਪ੍ਰਾਈਵੇਟ ਸੈਕਟਰ ਨੂੰ ਬੱਤੀ ਦੇਣਾ ਚਾਹੁੰਦੇ, ਅਸੀਂ ਬਿਲਕੁਲ ਉਹਦਾ ਬਿਲਕੁਲ ਵਿਰੋਧ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵੱਡਾ ਵੀ ਸੰਘਰਸ਼ ਕਰਾਂਗੇ ਔਰ ਬਿਜਲੀ ਜਿਹੜੀ ਪ੍ਰਾਈਵੇਟ ਨਹੀਂ ਹੋਣ ਦੇਵਾਂਗੇ। ਮੀਟਰ ਲਾਏ ਉਹਨਾਂ ਦਾ ਕੀ ਕਰੋਗੇ? ਇਹ ਅਸੀਂ ਜਿਹੜੇ ਮੀਟਰ ਲਾਏ ਆ ਕੱਲ੍ਹ ਵੀ ਅਸੀਂ ਵਿੰਡ ਸੂਬਾ ਸਿੰਘ ਬੈਰਵਾਲ ਤੋਂ ਮੀਟਰ ਲਾ ਕੇ ਐਸ ਡੀ ਓ ਦੇ ਟੇਬਲ 'ਤੇ ਰੱਖ ਦਿੱਤੇ ਸੀ ਅਤੇ ਅੱਜ ਵੀ ਐਸ ਡੀ ਓ ਖਡੂਰ ਸਾਹਿਬ ਦੇ ਟੇਬਲ 'ਤੇ ਰੱਖੇ ਜਾਣਗੇ ਜੀ। ਜੇ ਦੁਬਾਰਾ ਲਾਉਣ ਆਉਂਦੇ ਬਿਜਲੀ ਵਿਭਾਗ ਦੇ ਕਰਮਚਾਰੀ ਦਾ ਕੀ ਐਕਸ਼ਨ ਹੋਊਗਾ? ਜਦੋਂ ਬਿਜਲੀ ਵਿਭਾਗ ਦੇ ਦੁਬਾਰਾ ਕਰਮਚਾਰੀ ਆਉਂਦੇ ਤਾਂ ਪਿੰਡਾਂ ਦੇ ਵਿੱਚ ਸਾਰੇ ਪਿੰਡ ਦਾ ਕੱਟ